ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅੱਜ ਤੈਨੂੰ ਲਹਿੰਦੇ ਪੰਜਾਬ ਦਾ ਪਿੰਡ 265 ਬੀ ਚੌਧਰੀ ਕੁਰਬਾਨ ਅਲੀ ਚੌਹਾਨ ਸਾਬਕਾ MNA ਉਹਦਾ ਪਿੰਡ ਦਿਖਾਉਣ ਲੱਗੇ ਹਾਂ। ਇਸ ਪਿੰਡ ਦੇ ਵਿੱਚ ਦੋ ਸਰਕਾਰੀ ਸਕੂਲ, ਲੜਕੀਆਂ ਦਾ ਮਿਡਲ ਸਕੂਲ ਅਤੇ ਲੜਕਿਆਂ ਦਾ ਵੀ ਮਿਡਲ ਸਕੂਲ, ਇਸ ਤੋਂ ਇਲਾਵਾ 3 ਪ੍ਰਾਈਵੇਟ ਸਕੂਲ ਹੋਰ ਵੀ ਹੈਗੇ ਨੇ। ਗਲੀਆਂ ਕਾਫੀ ਸਾਫ਼ ਸੁਥਰੀਆਂ ਨੇ, ਲੋਕਾਂ ਨੇ ਡੇਅਰੀ ਫਾਰਮ ਵੀ ਬਣਾਏ ਹੋਏ ਨੇ ਅਤੇ ਜ਼ਿਆਦਾ ਲੋਕ ਇੱਥੇ ਜ਼ਿਮੀਂਦਾਰੇ ਨਾਲ ਵਾਬਸਤਾ ਨੇ। ਇਹ ਪਿੰਡ 1923-24 ਦੇ ਰਾਊਂਡ ਅਬਾਊਟ ਆਬਾਦ ਹੋਇਆ ਅਤੇ ਇੱਥੇ ਪਹਿਲਾਂ ਸਿੱਖ ਦੇ ਘਰ ਵੀ ਹੈਗੇ ਨੇ, ਪੁਰਾਣੇ ਘਰ। ਗਲੀਆਂ ਕਾਫੀ ਖੁੱਲ੍ਹੀਆਂ ਅਤੇ ਸਾਫ਼ ਸੁਥਰੀਆਂ ਨੇ। ਪਿੰਡ ਦੇ ਵਿੱਚ ਸੈਵਰੇਜ ਦਾ ਨਿਜ਼ਾਮ ਲੱਗਿਆ ਹੋਇਆ, ਇਸ ਤੋਂ ਇਲਾਵਾ ਪਿੰਡ ਦੇ ਵਿੱਚ ਕੋਈ ਸੜਕਾਂ ਵੀ ਹੈਗੀਆਂ ਨੇ। ਪਿੰਡ ਦੀ ਆਬਾਦੀ ਤਕਰੀਬਨ, ਕਾਫੀ ਵੱਡਾ ਪਿੰਡ ਹੈ, 8,000 ਤੋਂ 9,000 ਤੱਕ ਪਿੰਡ ਦੀ ਟੋਟਲ ਆਬਾਦੀ ਹੈ ਔਰ ਇਸ ਦੇ ਵਿੱਚ 1,000 ਘਰ ਦੇ ਲਗਭਗ ਘਰ ਬੈਠੇ ਨੇ ਅਤੇ ਇਸ ਪਿੰਡ ਦੇ ਵਿੱਚ ਬੜਾ ਅਮਨ ਸਕੂਨ ਹੈ ਅਤੇ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਅਰਾਈ ਬਰਾਦਰੀ, ਗੁੱਜਰ ਬਰਾਦਰੀ ਅਤੇ ਹੋਰ ਵੀ ਕੌਮਾਂ ਇੱਥੇ ਕਾਫੀ ਬੈਠੀਆਂ ਨੇ। ਟੋਟਲ ਰਕਬਾ ਕਿੰਨਾ? ਜਿਹੜਾ ਸਾਰਾ ਪਾਈਏ ਫਿਰ ਤਾਂ ਹੈਗਾ 92 ਰੁਪਏ ਤੱਕ ਇਹਦਾ ਵੀ ਹੈ। ਡਰਾਈ ਰਕਬਾ ਤਕਰੀਬਨ ਜਿਹੜਾ 87 ਰੁਪਏ, ਹਾਂਜੀ 90 ਦੇ ਕਰੀਬ ਲਾ ਲਓ। ਇਸ ਪਿੰਡ ਦੀ ਟੋਟਲ ਆਬਾਦੀ 8,000 ਹੈ ਅਤੇ ਇਸ ਪਿੰਡ ਦੇ ਵਿੱਚ ਟੋਟਲ ਘਰ ਕਿੰਨੇ ਕਹਿੰਦੇ? ਸਾਡੇ ਇੱਥੇ 3 ਜਿਹੜੇ ਪੁੱਛ ਰਹੇ ਆਏ, ਇੱਕ ਹੋ ਗਿਆ 700 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
ਇਸ ਪਿੰਡ ਦੇ ਵਿੱਚ ਦੱਸੋ ਕਿ ਸੋ ਲੰਗ ਲੱਗੇ ਹੋਏ ਨੇ, ਦੂਸਰਾ ਸੈਵਰੇਜ ਦਾ ਨਿਜ਼ਾਮ ਕਿਵੇਂ ਚੱਲ ਪਿਆ ਜਾਂ ਬੰਦ ਪਿਆ ਜਾਂ ਸਹੀ ਚੱਲ ਰਿਹਾ? ਗੈਸ ਮਰਖਾਲੇ ਸਪੈਂਡ ਹੋਏ ਲੱਗੇ, ਗੈਸ ਦੀ ਮਜ਼ਦੂਰੀ ਵੀ ਲਿਖਣਾ ਹੈ।
ਇਸ ਪਿੰਡ ਦੇ ਵਿੱਚ ਚੌਧਰੀ ਕਿਰਪਾਨ ਵਾਲੀ ਸੌਂਕ ਲੱਗ ਗਈ ਹੈ ਤਾਂ ਬਾਈ ਇੱਥੇ ਚੱਕ ਲਾ ਲੈਂਦੇ ਯੂਟਿਊਬ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਹੈ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਪਿੰਡ ਦੇ ਵਿੱਚ। ਅਸਲਾਮ ਵਾਲੇਕੁਮ।